ਕਾਂਗਰਸ ਪਾਰਟੀ ਦੇ ਕਸਬਾ ਧਨੌਲਾ ਦੇ ਬਲਾਕ ਪ੍ਰਧਾਨ ਸੁਰਿੰਦਰਪਾਲ ਬਾਲਾ ਤੇ ਇੱਕ ਕਾਤਿਲਾਨਾ ਹਮਲਾ ਹੋਣ ਦੀ ਖਬਰ ਸਾਹਮਣੇ ਆਈ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਸੁਰਿੰਦਰਪਾਲ ਸਿੰਘ ਬਾਲਾ ਆਪਣੇ ਪਿੰਡ ਦੇ ਵਿੱਚ ਖੇਤਾਂ 'ਚ ਕੰਮ ਕਰ ਰਿਹਾ ਸੀ ਕਿ ਅਚਾਨਕ ਕੁਝ ਲੋਕਾਂ ਵੱਲੋਂ ਗੋਲੀਆਂ ਚਲਾ ਦਿੱਤੀਆਂ ਗਈਆਂ ਨੇ ਤੇ ਫਿਲਹਾਲ ਉਸ ਦੀ ਹਾਲਤ ਗੰਭੀਰ ਹੋਣ ਦੇ ਚਲਦੇ ਉਸ ਨੂੰ ਲੁਧਿਆਣਾ ਦੇ ਦਯਾਨੰਦ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਹੈ। ਕਸਬਾ ਧਨੌਲਾ ਦੇ ਥਾਣਾ ਇੰਚਾਰਜ ਨੇ ਦੱਸਿਆ ਹੈ ਕਿ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ। ਬੰਦੇ ਤਾਂ ਜੀ ਹੁਣ ਇਨਵੈਸਟੀਗੇਸ਼ਨ ਜਾਂ ਉਹ ਦੱਸਣਗੇ ਬਿਆਨ, ਤੇ ਮੈਂ ਉਸ ਟਾਈਮ ਕੋਲੇ ਨਹੀਂ ਸੀਗਾ ਤੇ ਕੋਈ ਮੈਂ ਇਸ ਤਰ੍ਹਾਂ ਦਾ ਬਿਆਨ ਵੀ ਨਹੀਂ ਦੇਣਾ ਚਾਹੁੰਦਾ ਜਿਹਦੇ ਨਾਲ ਜਿਹੜੀ ਇਨਵੈਸਟੀਗੇਸ਼ਨ ਪ੍ਰਭਾਵਿਤ ਹੋਵੇ। ਠੀਕ ਹੈ, ਬਹੁਤ ਮਾੜੀ ਘਟਨਾ ਵਾਪਰੀ ਆ ਜਿਹੜੀ ਮਤਲਬ ਲਾਅ ਐਂਡ ਆਰਡਰ ਦੀ ਪੀਸ਼ਨ ਤੁਹਾਨੂੰ ਪਤਾ ਹੀ ਹੈ, ਜਿਵੇਂ ਰੋਜ਼ ਹੀ ਗੈਂਗਵਾਰ ਹੋ ਰਹੀ ਹੈ ਅਤੇ ਇੱਕ ਭਲੇ ਮਾਨਸ ਬੰਦੇ ਨੂੰ ਉਹਦੇ ਖੇਤ ਕੰਮ ਕਰਦੇ ਨੂੰ ਆ ਕੇ 20-25 ਬੰਦੇ ਅੰਨੇ ਵਾਹ ਗੋਲੀਆਂ ਮਾਰਨ, ਕੁੱਟਮਾਰ ਕਰਨ, ਅਤੇ ਮੈਂ ਇਹ ਚੀਜ਼ ਦੀ ਨਿਖੇਧੀ ਕਰਦਾ ਅਤੇ ਅਸੀਂ ਆਪਣੇ ਇਸ ਆਗੂ ਦੇ ਸਾਡਾ ਬਲਾਕ ਪ੍ਰਧਾਨ ਆ ਬਰਨਾਲਾ ਟੂ ਦਾ, ਅਸੀਂ ਪੂਰੀ ਜ਼ਿਲ੍ਹਾ ਕੌਂਸਲ ਕਮੇਟੀ ਪੂਰੀ ਪੰਜਾਬ ਪ੍ਰਦੇਸ਼ ਕਮੇਟੀ ਦੇ ਨਾਲ ਅਤੇ ਪੂਰਾ ਡਟ ਕੇ ਦੇ ਨਾਲ ਖੜਾਂਗੇ। ਜਿੱਥੇ ਵੀ ਕੋਈ ਲੋੜ ਪਈ ਕੋਈ ਐਜੀਟੇਸ਼ਨ ਕਰਨ ਦੀ ਇਨਸਾਫ ਲਈ ਅਤੇ ਉਹ ਸਾਰਾ ਕੁਝ ਕਰਾਂਗੇ। ਅਸੀਂ ਆਪਦੇ ਜਿਹੜੇ ਸਟੇਟ ਆਗੂਆਂ ਦੇ ਅਸੀਂ ਧਿਆਨ 'ਚ ਲਾ ਦਿੱਤੀ ਆ, ਜਲਦੀ ਇਹਦੇ ਸੰਬੰਧੀ ਜੇ ਕੋਈ ਪੁਲਿਸ ਦੀ ਕਾਰਗੁਜ਼ਾਰੀ ਢਿੱਲੀ ਹੋਈ ਜਾਂ ਉਹ ਬੰਦੇ ਨਾ ਫੜੇ ਗਏ ਜਾਂ ਉਹਨਾਂ ਨੂੰ ਬਣਦੀ ਕਾਰਵਾਈ ਨਾ ਹੋਈ ਤਾਂ ਬਹੁਤ ਜਲਦੀ ਤੁਸੀਂ ਜਿਹੜੀ ਇੱਥੋਂ ਦੀ ਕਾਂਗਰਸ ਤੋਂ ਛੱਡ ਕੇ ਆਓ। ਮਰੀਜ਼ ਨੂੰ ਕਿੱਥੇ ਰੈਫਰ ਕੀਤਾ? ਮਰੀਜ਼ ਨੂੰ ਜਿਹੜੀ ਕੇਰਾਂ ਤਾਂ ਜਿਹੜੇ ਸਰਕਾਰੀ ਹਸਪਤਾਲ ਤੋਂ ਦੇ ਵਿੱਚੋਂ ਤਾਂ ਉਹ ਫਰੀਦਕੋਟ ਜਾਂ ਪਟਿਆਲੇ ਕਰਦੇ, ਪਰ ਅਸੀਂ DMC ਲੈ ਕੇ ਚੱਲੇ ਹੁੰਦੇ। ਸਾਨੂੰ ਇੰਟੀਮੇਸ਼ਨ ਆਈ ਸੀ ਜੀ ਵੀ ਇੱਥੇ ਮਾਨਾ ਪਿੰਡੀ ਕੋਲ ਇੱਕ ਲੜਾਈ ਹੋਈ ਹੈ, ਸੁਰਿੰਦਰਪਾਲ ਸਿੰਘ ਬਾਲਾ ਜਿਨ੍ਹਾਂ ਦਾ ਨਾਮ, ਉਹਨਾਂ ਦੀ ਕਾਲਾ ਧਨੌਲਾ ਜਿਹੜਾ ਆਪਣਾ ਗੈਂਗਸਟਰ ਹੈਗਾ ਉਹਦੇ ਵੱਲੋਂ ਅਤੇ ਉਹਦੇ ਅਨਨੋਨ ਬੰਦਿਆਂ ਵੱਲੋਂ ਕੁੱਟਮਾਰ ਹੋਈ ਹੈ। ਨਹੀਂ, ਅਸੀਂ ਆਏ ਹਾਂਗੇ ਜੀ ਹੋਸਪਿਟਲ, ਡਾਕਟਰ ਸਾਹਿਬ ਤੋਂ MLR ਲੈਂਦੇ ਹਾਂ, ਉਸ ਤੋਂ ਬਾਅਦ ਹੀ ਪਤਾ ਲੱਗੂਗਾ। ਡਾਕਟਰ ਸਾਹਿਬ ਦੀ ਓਪੀਨੀਅਨ ਅਤੇ ਉਹਨਾਂ ਦੇ ਸਟੇਟਮੈਂਟ ਰਿਕਾਰਡ ਕਰਾਂਗੇ, ਉਸ ਤੋਂ ਬਾਅਦ ਜੋ ਬਣਦੀ ਹੋਈ ਕਾਰਵਾਈ ਅਮਲ 'ਚ ਲਿਆਵਾਂਗੇ। ਹਾਂਜੀ 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 ਰੈਫਰ ਕਰ ਦਿੱਤਾ। ਜਗਬਾਣੀ TV ਲਈ ਬਰਨਾਲਾ ਤੋਂ ਵਿਨੀਤ ਸ਼ਰਮਾ ਦੀ ਰਿਪੋਰਟ।